ਜਦੋਂ ਆਪਾਂ ਆਪਦੇ ਪਿੰਡ ਸ਼ਹਿਰ ਤੋਂ ਘਰ ਤੋਂ ਦੂਰ ਹੁੰਨੇ ਆ ਤਾਂ ਹੁਣ ਅਸੀਂ ਪਹਾੜਾਂ ਦੇ ਵਿੱਚ ਦੋਵੇਂ ਹੁੰਨੇ ਆ ਹਮ ਸਗਾ ਦੀਸ ਜਾਂਦੇ ਜਾਂਦੇ ਨਾ ਮੈਂ ਨੂੰ ਇਹੀ ਕਹਿੰਦਾ ਨਾ ਹੋਰ ਫਿਰ ਬਲਦੇਵ ਇਹ ਕਹਿੰਦਾ ਯਾਰ ਕਿਹ ਤੋਂ ਖਾਲਜੇ ਪੁੱਛੇ ਨਾ ਮੈਂ ਕਹਿੰਦਾ ਆਪਾਂ ਦੋਹੀਆਂ ਗੱਲਾਂ ਕਰਨ ਵਾਲੇ ਵੀ ਵਲੌਗ ਜਿਹਾ ਅਸੀਂ ਬਣਾਉਂਦੇ ਹੁੰਦੇ ਸੀ ਵਲੌਗ ਤਾਂ ਦਿਨ ਦੇ ਵਿੱਚ ਅੱਧੇ ਘੰਟੇ ਦਾ ਬਣਦਾ 25-30 ਮਿੰਟਾਂ ਦਾ ਸਾਰਾ ਦਿਨ 12-13 ਘੰਟੇ ਮੈਲ ਸਾਈਕਲ ਤੇ ਹੁੰਦੇ ਸੀ ਆਪਸ ਦੇ ਵਿੱਚ ਗੱਲਾਂ ਕਰਦੇ ਹੁੰਦੇ ਸਾਡਾ ਦੋਹਾਂ ਦਾ ਵਿਚਾਰਧਾਰਾ ਵਾਲਾ ਕੰਮ ਇਹ ਆ ਵੀ ਅਸੀਂ ਦੋਹਾਂ ਇੱਕ ਦੂਜੇ ਨੂੰ ਬਹੁਤ ਚੌੜ ਕਰਦੇ ਹੁੰਨੇ ਆ ਵੀ ਮੈਂ ਨੂੰ ਕ ਮੈਂ ਇਹ ਮੈਨੂੰ ਕਹਾਂ ਤੂੰ ਬਾਲਾ ਬੰਦਕ ਆ। ਸਕਰ ਇਹਨਾਂ ਗੱਲਾਂ ਤੇ ਸਾਡੀ ਮਾੜੀ ਮੁੱਟੀ ਕਿਤੇ ਹੋ ਵੀ ਜਾਂਦੀ ਆ ਪਰ ਅਸੀਂ ਉਹਨੂੰ ਕੀ ਕੀ ਕਹਿੰਦੇ ਹੁੰਦੇ ਆ ਗੱਲਾਂ ਬਾਤਾਂ ਕਰਦੇ ਹੁੰਦੇ ਆ ਅਸੀਂ ਉਹ ਬੈਸਟ ਨਹੀਂ ਬੰਦੇ ਹੁੰਦੇ ਜਿੱਦ ਦੇ ਨਹੀਂ ਹੁੰਦੇ। ਤੇ ਸਫਰ ਨਾ ਸਫਰ ਬੰਦੇ ਨੂੰ ਜਮਨ ਨੰਗਾ ਕਰ ਦਿੰਦਾ। ਉਹਦਾ ਸੁਭਾਅ ਸਾਹਮਣੇ ਲੈ ਆਉਂਦਾ। ਵੀ ਇਹਦਾ ਸੁਭਾਅ ਕਿ ਹੋ ਜਾ। ਹੂੰ। ਸਫਰ ਦੇ ਵਿੱਚ ਤੁਸੀਂ ਹਰੇਕ ਨਾਲ ਸਫਰ ਕਰ ਵੀ ਨਹੀਂ ਸਕਦੇ। ਹਾਂ ਬਿਲਕੁਲ ਸਹੀ ਗੱਲ। ਥੋੜੀ ਮੱਤ ਵਾਲੀ ਚੰਗੀ ਤਰ੍ਹਾਂ ਮਿਲਣੀ ਚਾਹੀਦੀ ਆ ਉੱਥੇ। ਤੇ ਸਾਡੂ ਸਫਰ ਦੇ ਵਿੱਚ ਹਜੇ ਤੱਕ ਮਤਲਬ ਕਿ ਕਦੇ ਵੀ ਇਹੋ ਜਿਹੀ ਸਮੱਸਿਆ ਨਹੀਂ ਅਸਲ ਸਫਰ ਦੇ ਵਿੱਚ ਸਮੱਸਿਆ ਪਤਾ ਕਾਹ ਤੋਂ ਆਉਂਦੀ ਹੁੰਦੀ ਆ ਫੈਸਲੇ ਲੈਣ ਨੂੰ ਲੈ ਕੇ ਮੈਂ ਇਹਨੂੰ ਆਖਾਂ ਵੀ ਬਲਦੇਵ ਯਾਰ ਉਹ 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 ਘਰ ਜਾ ਬਣਿਆ ਹੋਇਆ ਕੱਚਾ ਜਾ ਅੱਛਾ ਆਪਾਂ ਦੇਖਣ ਚੱਲੀਏ ਹੂੰ ਇਹ ਮੈਨੂੰ ਆਖੇ ਵੀ ਯਾਰ ਨਹੀਂ ਘਰ ਦਾ ਕੀ ਦੇਖਣਾ ਹੋਰ ਘਰ ਥੋੜੇ ਦੇਖ ਲੈ ਮੈਨੂੰ ਮੈਨੂੰ ਸੋਹਣਾ ਲੱਗਿਆ ਇਹ ਆਖੂਗਾ ਹਾਂ ਇਹ ਮੈਨੂੰ ਕਹਿ ਦਿੰਦਾ ਵੀ ਚਲ ਠੀਕ ਆਪਾਂ ਦੇਖ ਕੇ ਆਉਣੇ ਆ ਹੂੰ ਉੱਤੇ ਆਪਸੀ ਸਹਿਮਤੀ ਹੁੰਦੀ ਆ ਜਾਂ ਜਦੋਂ ਅਸੀਂ ਸਵੇਰੇ ਚੱਲਣਾ ਹੁੰਦਾ ਸੀ ਸਵੇਰੇ 5 ਵਜੇ ਸਾਡੀ ਅੱਖ ਖੁੱਲ ਜਾਂਦੀ ਤਾਂ ਇਹਦੇ ਨੂੰ ਬਲਦੇਵ ਨੂੰ ਮੈਂ ਕਹਿੰਦਾ ਵੀ ਬਲਦੇਵ ਵੀ ਆ ਆਪਾਂ ਅੱਜ ਇੱਥੇ ਜਾਣਾ ਆਪਾਂ ਅੱਜ ਮਤਲਬ ਅੱਜ ਛਲਾਂਗ ਬੈਠੇ ਆ ਆਪਣੇ ਕੋਲ ਦੋ ਥਾਂ ਮਣੇ ਡੌਕੀ ਤੇ ਚਿਰਾਪੁੰਜੀ ਆਪਾਂ ਕਿੱਧਰ ਪਹਿਲਾਂ ਜਾਈਏ ਇਹ ਮੈਨੂੰ ਕਹਿੰਦਾ ਸੀ ਵੀ ਤੂੰ ਦੱਸ ਕਿੱਧਰ ਜਾਈਏ ਮੈਂ ਉਹਨੂੰ ਦੱਸਦਾ ਸੀ ਵੀ ਆਹ ਰਾਪਾ ਨੂੰ ਇੱਧਰ ਜਾਊਗਾ ਇੱਥੋਂ ਆਪਾਂ ਐ ਜਾ ਸਕਦੇ ਆ ਇਹ ਕਹਿੰਦਾ ਹੁੰਦਾ ਸੀ ਵੀ ਠੀਕ ਆ ਡਾਨਾ ਜੇ ਇਹਦੇ ਦਿਮਾਗ ਦੇ ਵਿੱਚ ਕੋਈ ਸਲਾਹ ਹੁੰਦੀ ਸੀ ਵੀ ਨਹੀਂ ਆਪਾਂ ਉਧਰ ਨਹੀਂ ਜਾਣਾ ਆਪਾਂ ਪਹਿਲਾਂ ਇੱਧਰ ਜਾਣਾ ਬਸ ਥੋੜਾ ਸਫਰ ਦੇ ਵਿੱਚ ਕਲੇਸ਼ ਹੀ ਉਦੋਂ ਪੈਂਦਾ ਜਦੋਂ ਤੁਹਾਡੀ ਆਪਸੀ ਸਹਿਮਤੀ ਨਹੀਂ ਬਣਦੀ ਜੇ ਸਹਿਮਤੀ ਬਣ ਗਈ ਤਾਂ ਵੈਲੰਡ ਗੁੱਡ ਬਾਕੀ ਇੱਕ ਚੀਜ਼ ਹੋਰ ਹੁੰਦੀ ਆ ਆਪ ਦੇ ਨਾਲੋਂ ਆਪ ਦੇ ਨਾਲ ਦੇ ਬੰਦੇ ਦਾ ਫਿਕਰ ਆਪ ਨੂੰ ਹੋਣਾ ਚਾਹੀਦਾ ਹੂੰ ਵੀ ਮੰਨ ਲਓ ਜਿਵੇਂ ਅਸੀਂ ਸੇਲਾ ਟਾਪ ਉਤਰਦੇ ਸੀਗੇ ਤੇ ਮਤਲਬ ਉੱਥੇ ਜਦੋਂ ਸੀਗਾ ਮਾਹੌਲ ਮੈਂ ਹਮੇਸ਼ਾ ਮੇਰੀ ਇਹ ਥੋੜੀ ਜਿਹੀ ਹੈਗੀ ਐ ਸਮੱਸਿਆ ਕਹੋ ਜਾਂ ਕਿਵੇਂ ਸਾਈਕਲ ਚਲਾਉਂਦੇ ਵੇਲੇ ਜੇ ਬਲਦੇਵ ਪਿੱਛੇ ਹੋਵੇ ਤਾਂ ਮੈਂ ਮੁੜ ਕੇ ਪਿੱਛੇ ਝਾਕਦਾ ਹੁੰਨਾ ਮੈਨੂੰ ਐ ਹੁੰਦਾ ਵੀ ਯਾਰ ਉਹ ਪਿੱਛੇ ਆ ਮੈਂ ਮਾਨਸਿਕਤਾ ਕਹਿ ਲੋ ਹਨਾ ਪਰ ਮੈਂ ਇਹ ਕੁਸ਼ਣ ਤੇ ਮੈਂ ਉਹ ਮਗਰ ਚਲਾਉਣਾ ਹਾਂ ਸਾਈਕਲ ਵੀ ਇਹ ਮੇਰੇ ਮੂਰੇ ਮੇਰੀ ਨਿਗਾ ਮੂਰੇ ਜਾ ਰਿਹਾ ਇਹ ਨਹੀਂ ਹੈਗਾ ਵੀ ਮੈਂ ਇਹਨੂੰ ਬਚਾ ਲੂੰਗਾ ਜਾਂ ਕੀ ਕਰ ਲੂੰਗਾ ਬਸ ਮੈਨੂੰ ਆਪ ਨੂੰ ਤਸੱਲੀ ਹੁੰਦੀ ਆ ਵੀ ਠੀਕ ਆ ਨਾਲ ਦਾਮ ਦਾ ਸੇਫ ਆ ਮਤਲਬ ਇਹੋ ਜੀ ਗੱਲਬਾਤ ਹੁੰਦੀ ਆ ਫਿਰ ਐ ਤੁਸੀਂ ਵਧੀਆ ਜਿਹਾ ਸੈਵਨ ਕਰ ਲੈਂਦੇ ਹੋ ਇਹਨਾਂ ਬੰਨੇ ਗੁਰਦੀਪ ਅਸੀਂ ਸਾਡਾ ਮਿਲਣ ਵੀ ਇੱਕ ਤਰ੍ਹਾਂ ਲਈ ਹੋਈ ਵੀ ਸਾਡੀ ਮਤ ਮਿਲੀ ਹੈ ਪਹਿਲਾਂ ਕਿਉਂਕਿ ਅਸੀਂ ਇੱਕ ਦੂਜੇ ਨੂੰ ਜਾਣਦੇ ਨਹੀਂ ਸੀ ਅਸੀਂ ਇਕੱਠੇ ਪੜੇ ਨਹੀਂ ਕੋਈ ਰਿਸ਼ਤੇਦਾਰ ਨਹੀਂ ਅਸੀਂ ਫੇਸਬੁੱਕ ਤੇ ਮਿਲੇ ਸੀ ਇੱਕ ਦੂਜੇ ਨੂੰ ਤਾਂ ਫੇਸਬੁੱਕ ਤੇ ਆਪਾਂ ਉਦੋਂ ਹੀ ਮ ਤਾਂ ਲੋਕਾਂ ਨੂੰ ਮਤ ਮਿਲੀ ਸਾਨੂੰ ਹੁਣ ਕੰਮ ਆਉਂਦੀ ਹੈ ਉਸ ਦਿਵਾਰ ਸਫਰ 'ਚ ਸਾਡਾ ਸਾਡਾ ਇਹੀ ਹੁੰਦਾ ਵੀ ਅਸੀਂ ਇੱਕ ਦੂਜੇ ਦੀ ਰਿਸਪੈਕਟ ਬਹੁਤ ਕਰਦੇ ਆਂ ਮੈਂ ਸਾਡੇ ਸਫ਼ਰ 'ਚ ਕਦੇ ਹੀ ਨਹੀਂ ਹੁੰਦੀ ਕਿ ਮੈਂ ਮੈਂ ਇਹ ਕੰਮ ਕਰਨਾ ਤੇ ਮੈਂ ਕਰਦਾ ਮੈਨੂੰ ਇਹ ਹੁੰਦਾ ਵੀਰ ਅਮਰਤ ਨੂੰ ਨਾ ਕੁਝ ਐਦਾਂ ਬੁਰਾ ਜਾਣ ਲੱਗੇ ਇਹਨੂੰ ਐ ਹੁੰਦਾ ਵੀ ਦੇਵ ਨੂੰ ਕੁਝ ਨਾ ਬੁਰਾ ਲੱਗੇ ਤਾਂ ਜਦੋਂ ਆਪਾਂ ਇੱਕ ਦੂਜੀ ਦੀ ਇੱਜ਼ਤ ਕਰਾਂਗੇ ਉਦੋਂ ਰੌਲਾ ਪੈਂਦੇ ਨਹੀਂ ਕਿਸੇ ਗੱਲ ਦਾ ਉਦੋਂ ਬਾਅਦ ਫਸੜਾ ਹੋਣ ਤਾਂ ਸਾਡਾ ਸੁਭਾਈ ਹੋ ਜਾ ਬਣ ਗਿਆ ਤੁਹਾਨੂੰ ਪਤਾ ਹੁੰਦਾ ਅਸੀਂ ਜ਼ਿਆਦਾਤਰ ਸਾਈਕਲ ਉੱਤੇ ਪਹਾੜਾਂ 'ਚ ਚਲਾਇਆ ਤਾਂ ਤੁਹਾਨੂੰ ਪਤਾ ਹੁੰਦਾ ਕਿ ਅਜ ਇਸ ਰਾਤ ਜਾਣ ਤਾਂ ਇੰਨਾ ਕੁ ਜ਼ੋਰ ਤਾਂ ਲੱਗੂਗਾ ਇਹ ਉਹਨੂੰ ਮੜਾ ਆਪਣਾ ਕੰਟਰੋਲ 'ਚ ਰੱਖੀਏ ਆਪਣੇ ਆਪ ਨੂੰ ਨਾ ਅਸੀਂ ਅੱਕਦੇ ਨਹੀਂ ਕਿਉਂਕਿ ਤੁਹਾਨੂੰ ਪਹਿਲਾਂ ਹੀ ਪਤਾ ਹੁੰਦਾ ਅੱਜ ਟੌਪ ਤਾਂ ਕਰਕੇ ਪਰ ਸਾਡੇ ਅੱਜ ਤੱਕ ਅਸੀਂ ਤੁਹਾਨੂੰ ਇਹ ਗੱਲਾਂ ਵੀ ਕਰਦੇ ਨੂੰ ਅੱਜ ਤੱਕ ਅਸੀਂ ਇੱਕ ਵਾਰੀ ਵੀ ਉੱਚੀ ਨਹੀਂ ਬੋਲਿਆ ਕਿਸੇ ਦੂਜੇ ਨੂੰ ਸਫਰ ਦੇ ਵਿੱਚ ਕਦੇ ਵੀ ਅੱਛਾ ਤੇ ਖਾਦੀ ਕੋਸ਼ਿਸ਼ ਹੁੰਦੀ ਜਿਵੇਂ ਇਹ ਕਹਿੰਦਾ ਕਿ ਇਹ ਮਗਰ ਮੁੜ ਕੇ ਦੇਖਦਾ ਤਾਂ ਸਾਨੂੰ ਵੀ ਮੈਨੂੰ ਮੈਨੂੰ ਵੀ ਇਹ ਹੁੰਦਾ ਵੀ ਮੇਰੇ ਧਿਆਨ ਚ ਰਹੇ ਉਹ ਕਿਹੜੀ ਬਹੁਤ ਰਿਸਕੀ ਥਾਂ ਹੁੰਦੇ ਨੇ ਜਦੋਂ ਅਸੀਂ ਸੇਲਾ ਟੋਪ ਤੋਂ ਥੱਲੇ ਉਤਰੇ ਆਵੇਂ ਨੇ ਤਾਂ ਥੱਲੋ ਵੀ ਬਰਫ਼ ਸੀਗੀ ਮળો ਜਿਹੜੀ ਪੂਰਾ ਤਲਕ ਰਿਆ ਸੀ ਸੈਕਲ ਉੱਪਰੋਂ ਵੀ ਬਰਫ਼ ਪੈ ਰਹੀ ਸੀਗੀ ਅਗਰ ਰਾਤ ਹੋਗੀ ਮਾਈਨਸ 22° ਟੈਂਪਰੇਚਰ ਹੋਗਾ ਸੀ ਸਾਡੀਆਂ ਅੱਗੋਂ ਉਂਗਲਾਂ ਨੀਲੀਆਂ ਹੋਣੀਆਂ ਸ਼ੁਰੂ ਹੋ ਗਈਆਂ ਸੀ ਤੁਹਾਨੂੰ ਤੇ ਫੌਜ ਵਾਲਿਆਂ ਨੇ ਸਾਡੀ ਜਿੰਨਾ ਮਦਦ ਕਾਫੀ ਕੀਤੀ ਸਫ਼ਰ ਦੇ ਵਿੱਚ ਤਾਂ ਅਸੀਂ ਇੱਕ ਜਿਹਨੂੰ ਪੁੱਛਦੇ ਹੁੰਦੇ ਸੀ ਤੂੰ ਸਾਈਕਲ ਚਲਾ ਰਿਹਾ ਤੈਨੂੰ ਕੋਈ ਸਮੱਸਿਆ ਤਾਂ ਨਹੀਂ ਆ ਰਹੀਗੀ ਬਿਲਕੁਲ ਹਾਂ ਮਾਨੂੰ ਇਸ ਤਰੀਕੇ ਨਾਲ ਅਸੀਂ ਸਾਰਾ ਕੁਝ ਕਰਦੇ ਹਾਂ ਸਫ਼ਰ 'ਚ ਸਭ ਤੋਂ ਵੱਡੀ ਗੱਲ ਇਹ ਤੇ ਚਾਹੀਦੀ ਆ ਵੀ ਬੰਦੇ 'ਚ ਮੈਨ ਨਹੀਂ ਹੋਣੀ ਚਾਹੀਦੀ ਇਹ ਨਹੀਂ ਹੈਗਾ ਵੀ ਜੇ ਕਿਸੇ ਨੇ ਮੈਨੂੰ ਕਹਤਾ ਵੀ ਯਾਰ ਮੈਂ ਤੇਰੀ ਇੰਟਰਵਿਊ ਕਰਨਾ ਚਾਹਣਾ ਤਾਂ ਮੈਂ ਆਖੂਗਾ ਨਹੀਂ ਮੈਂ ਹਾਂ ਮੈਂ ਠੀਕਾ ਕਰ ਲੈਣਾ ਮੈਂ ਆਖੂਗਾ ਯਾਰ ਬਲਦੇਵ ਮੇਰੇ ਨਾਲ ਬੈਠਣਾ ਚਾਹੀਦਾ ਬਿਲਕੁਲ ਮਤਲਬ ਕਿ ਜੇ ਤੁਸੀਂ ਟੀਮ ਬਣਾ ਕੇ ਚੱਲਦੇ ਹੋ ਤਾਂ ਟੀਮ ਹੋ ਟੀਮ ਹੀ ਹੋ ਇਹ ਨਹੀਂ ਹੈਗਾ ਵੀ ਮੈਂ ਲੀਡਰਾਂ ਚ ਐ ਲੀਡਰ ਆ ਹਾਂ ਦੋਹੀ ਲੀਡਰਾਂ ਆਸੀਂ ਕਿ ਅਣੀ ਜ਼ਿੰਮੇਵਾਰੀਆਂ ਵੰਡੀਆਂ ਹੁੰਦੀਆਂ ਨੇ ਜਿਵੇਂ ਕਿੱਧਰ ਨੂੰ ਜਾਣਾ ਕਿੱਥੇ ਰੁਕਣਾ ਉਹ ਇਹਦੀ ਜ਼ਿੰਮੇਵਾਰੀ ਹੈ ਸਾਰੀ ਮੈਨੂੰ ਸਿਰਫ ਇਹ ਦੱਸਣਾ ਆਏ ਨੇਗਾ ਅੱਜ ਆਪਣਾ ਹਾ ਰੂਟ ਆ ਜੇ ਮੈਨੂੰ ਕੁਝ ਮੇਰੇ ਕੋਈ ਮਾੜਾ ਮੋੜਾ ਮੈਨੂੰ ਲੱਗੇ ਕੁਝ ਦਿ ਜੀ ਹੁਣ ਐ ਸਫਰ ਦੇ ਵਿੱਚ ਪੈਸੇ ਦੀ ਜਿਹੜੇ ਲੱਗੇ ਸਾਰੀ ਜ਼ਿੰਮੇਵਾਰੀ ਮੇਰੀ ਸੀਗੀ ਇਹਨੇ ਮੈਥੋਂ ਇੱਕ ਵਾਰੀ ਵੀ ਨਹੀਂ ਪੁੱਛਿਆ ਵੀ ਜਦੋਂ ਆਪਾਂ ਤੁਰੇ ਆਪਣੇ ਕੋਲ ਇੰਨੇ ਪੈਸੇ ਸੀਗੇ ਕਿੱਥੇ ਕਿੱਥੇ ਲਾਇਆ ਮੈਨੂੰ ਹਿਸਾਬ ਦੇ ਜਾਂ ਦੋ ਲੱਖ ਕੇ ਬਸ ਲੱਗ ਗਏ ਜਿੱਦਾਂ ਵੀ ਹੋ ਗਿਆ ਠੀਕ ਆ ਇਸ ਤਰੀਕੇ ਨਾਲ ਸਾਡੀ ਸਾਂਝ ਸੋਣੀ ਬਣੀ ਹੋਈ ਦੋਨਾਂ ਜਣਿਆਂ ਦੀ